अमर रहे शर्मा जिंदाबाद, शर्मा जिंदाबाद, शर्मा जिंदाबाद, श्री मनोहर शर्मा अमर रहे, श्री मनोहर शर्मा अमर रहे, श्री शर्मा जिंदाबाद, श्री शर्मा जिंदाबाद, श्री शर्मा जिंदाबाद। स्वर्गीय मदनलाल शर्मा जी अमर रहे, भारत माता की जय, श्री शर्मा जी जिंदाबाद। जय करो शेरावली दा, माइक ले लो, माइक बड़ो बन ले जा, ले जा, बैठियो बैठियो, माइक तो माइक भैया भैया अगुआ आगू बैठी आओ बैठियो बैठी आगू बैठियो बैठी आओ शर्मा ਸਾਡੇ ਹੱਥ ਪਟੋਈਏ ਅਸੀਂ ਰੋਡ ਰੋਲਰ ਚਲਾ
ਜੇ ਕੋਈ ਆਖੋ ਤੁਸੀਂ ਉਹਦੇ ਹੱਥ ਕਿਹਾ ਬਣਾਉਣੇ ਸੀ ਰੋਡ ਰੋਲ, ਉਹਨੇ ਆਖਿਆ ਆਟੋਮੈਟਿਕ ਹੈ ਬਟਨ ਦਬਾਉਣਾ, ਆਪਾਂ ਵੀ ਤਰੀਕ ਪਾਉਣਾ ਰੋਡ ਰੋਲ, ਠੀਕ ਹੈ। ਪਹਿਲੀ ਤਰੀਕ ਬਾਅਦ 'ਚ ਬੈਠੇ ਦੇ ਆ ਤੁਸੀਂ ਸਾਰੇ ਆਪਣੇ ਦੇਵੀ ਦੇਵਤੇ ਬਾਬਾ ਮੇਹਰ ਮਾਲ ਦੀ ਵੀ ਪਰਮਾਤਮਾ ਦੀ ਯਾਦ ਕਰੀਏ, ਨਹਾਈ ਕੋਈ ਹੈ ਰੋਡ ਰੋਲਰ ਵਾਲਾ ਬਟਨ ਦਬਾਉਣਾ, ਉਹ ਸ੍ਰੀ ਬਦਲ ਨਾਲ ਸ਼ਰਮਾਈ ਸੱਚੀ ਸਰਪੰਚ ਉਹ ਜੋ ਕੁਛ ਕਰੀਏ ਇਹਦੇ ਪਿੱਛੇ ਵੀ ਗਲਾ ਦੇ ਸੁਣਾ, ਮੈਂ ਜੋ ਕੁਛ ਕਰਨਾ ਤੁਸੀਂ ਵੀ ਪਤਾ ਕਿ ਮੇਰੀ ਕਿੰਨੀ ਤਾਕਤ ਕਿੰਨੀ ਕੁਵਤ ਹੈ, ਤ੍ਰੈ ਕੈਂਡੀਡੇਟ ਚਾਹੁੰਦੇ ਰਹੀ ਪੁੱਛਣਾ ਕਿ ਤੁਸੀਂ ਕੀ ਕਰੀ ਸਕਦੇ ਹੋ, ਉਹਨੇ ਕਰਨਾ ਨਹੀਂ ਚਾਹੀਦਾ। 60 ਸਾਲ ਉਮਰ 'ਚ ਜੱਜ ਵੀ ਰਿਟਾਇਰ ਹੋਈ, 60 ਸਾਲ 'ਚ ਇਹ ਫਰਿਸ਼ਤਾ ਸਾਹਿਬ ਵੀ ਰਿਟਾਇਰ ਹੋਈ ਜੀ, ਕੋਈ ਮੰਡੀ ਵਾਲੇ ਪੈਸੇ ਕਮਾ ਰਹੇ ਉਹਨੂੰ ਨਹੀਂ ਮਿਲਣੇ। ਰਾਜੀਵ ਸ਼ਰਮਾ ਔਰ ਗਲਾ ਮੇਰਾ ਵੀ ਰਿਟਾਇਰ ਹੋਈ ਜੀ, ਰਾਜੀਵ ਸ਼ਰਮਾ ਨੇ ਆਉਣਾ, ਉਹਨੇ ਪੁੱਛਣਾ ਤੁਸੀਂ ਦੋ ਤਿੰਨ ਕੰਮ ਕੋਈ ਦੱਸੀ ਲਓ ਜਨਾਬ, ਕੋਈ ਦੋ ਤਿੰਨ ਕੰਮ ਦੱਸੀ ਲਓ ਵੱਡੇ ਜਿਹਦੇ ਨਾਲ ਸਾਡੇ ਬੱਚੇ ਦੀ ਰੁਜ਼ਗਾਰ ਮਿਲੋ, ਸਾਡੇ ਬਿਜਲੀ ਦੇ ਬਿੱਲ ਮਾਫ਼ ਹੋ ਗਏ, ਸਾਡੀਆਂ ਜ਼ਮੀਨਾਂ ਅਸੀਂ ਵਾਪਸ ਲੱਭੀਆਂ ਜਿਹੜੀਆਂ ਤੁਸੀਂ ਖੂਹਾਂ ਦਿਓ, ਅਗਰ ਅੱਜ ਕੋਈ ਨਾ ਖੁਰਲੀ ਵੀ ਬਣਾਉਣੀ ਹੋਇਆ ਤਾਂ ਜਨਾਬ ਪਰਮਿਸ਼ਨ ਹੋਈ ਹੈ, ਕੋਈ ਗੱਲ ਨੂੰ ਦੱਸੋ ਮੰਨਦੇ ਹਾਂ, ਤੁਸੀਂ ਆਪਣੇ ਲਓ ਜਿਹੜਾ ਐਸਾ ਨਿਜ਼ਾਮ ਹੋਇਆ ਉਸ ਨਿਜ਼ਾਮ ਕੀ ਬਦਲਣ ਲਈ ਤੁਸੀਂ ਰੁਕੇ, ਤੁਹਾਡੇ ਕੋਲ ਇੱਕ ਹੈ ਇੱਕ ਹੈ ਇੱਕ ਹੈ ਫਾਰਮੂਲਾ, ਜਾਂ ਤੁਸੀਂ ਆਪ ਹੀ ਸਮਝੋ ਕਿ ਤੁਹਾਡੇ ਕੋਲ ਇੱਕ ਹੈ ਹਥਿਆਰ ਹੈ, ਉਹ ਮਸ਼ੀਨ ਇਹ ਬਟਨ ਬੇਅਦਬੀ ਮਾਫ਼, ਕੁਰਸੀਆਂ ਨਹੀਂ ਲਾਈ ਸਕਦੇ, ਇਹ ਬੜੀ ਖਤਰਨਾਕ ਜਿਹੀ ਪਜਾਲੀ ਜਿਹੜੀ ਬਣੀ ਸੀ ਨਾ ਪੁਰਾਣੀ, ਇੱਕ ਇੱਕ ਚੀਜ਼ ਦੇਖਿਆ ਤੇ ਮੈਂ ਅੱਖਾਂ ਠਹਿਰੀ ਹੋ ਠੀਕ, ਅਤੇ ਮੈਂ ਵੀ ਲਾਣੀ ਹੀ ਨਹੀਂ ਸਕਦੇ ਸਾਰੇ ਅਫਸਰ ਮਗਰ, ਹੈ ਨਾ ਕਹਿ ਸਾਡੇ ਭਰਾ ਧੰਨਵਾਦ, ਲੇਕਿਨ ਕੋਸ਼ਿਸ਼ ਕਰਨੀ ਅਫਸਰੀ ਜਿਹੜਾ ਅਫਸਰ ਸ਼ਾਹੀ ਮਚੀ ਦੀ ਹੈ ਉਹਦੇ ਨਾਲ ਲੋਕ ਦੁਖੀ ਬਣੇ, ਇੱਕ ਕਾਗਜ਼ ਬਣਾਉਣਾ ਹੋਇਆ ਤਸੀਲਾ ਜਾਣਾ ਹੋਇਆ ਅੱਖਾਂ ਬੰਦੇ ਦੀ ਹੱਥ ਬੜੇ ਪਾਈ, ਔਰ ਅਸੀਂ ਮਨ ਬਣਾਇਆ ਤਾਂ ਜਿਵੇਂ ਬੜੀਆ ਨਾ ਤੋਲੇ ਐਮ ਐਲ ਏ ਮਨਿਸਟਰ ਵੀ ਤੁਸੀਂ ਵੀ ਬਣਾਈ ਲੈ ਕਹਿੰਦੇ ਜਿੰਨੀ ਤਾਕਤ ਹੈ, ਕੁਰਸੀਆਂ ਟੇਬਲ ਲੈਣੇ ਕੋਈ 4-5, ਤਹਿਸੀਲਦਾਰ ਸਾਹਿਬ ਦਾ ਹੋਣਾ, ਨਾਇਬ ਤਹਿਸੀਲਦਾਰ ਸਾਹਿਬ ਵੀ ਕੁਰਸੀ ਦੇਣੀ, ਗੁਰਦੌਰ ਸਾਹਿਬ ਵੀ ਦੇਣੀ, ਪਟਵਾਰੀਆਂ ਹੀ ਦੇਣੀ, ਕਲਰਕ ਹੀ ਦੇਣੀ, ਉਹਨੇ ਦਿਨ ਮੰਗਣਾ, ਉਹਨੇ ਫਿਰ ਕੋਈ 3 ਦਿਨ ਚੁਣੀ ਲਓ, ਰੋਟੀ ਵੀ ਅਸਕ ਲਾ ਕੇ, ਚਾਹ ਵੀ ਪਿਲਿਆ ਕੇ, ਦੂਧ ਵੀ ਪਿਲਿਆ ਕੇ, ਬੋਣਾ ਉਹ ਦਫ਼ਤਰ, ਜਿਹੜਾ ਬੰਦਾ ਦੂਰ ਦਰਾਜ ਦਾ ਉੱਠੀ ਆਵੇ ਉਸ ਅੱਗੇ ਪਟਵਾਰੀ ਲੱਭਦਾ ਗੁਰਦੌਰ ਨੂੰ, ਗੁਰਦੌਰ ਲੱਭਦਾ ਤਹਿਸੀਲਦਾਰ ਨੂੰ, ਸਾਡੇ ਕੇ ਅਫਸਰ ਨਾਲ ਸ਼ਾਬਾਸ਼ੀ ਦੇਣੀ, ਅਫਸਰ ਮਦਨ ਲਾਲ ਸ਼ਰਮਾ ਸਾਹਿਬ ਕੰਨੇ ਪਿਆਰ, ਅਸੀਂ ਚਾਹੁੰਦੇ ਸਾਡੇ ਲੋਕਾਂ ਦਾ ਟਾਈਮ ਬਚਿਆ ਟਾਈਮ ਸੀ, ਉਸ ਦਾ ਚੱਕਰ ਲਾ ਦੇ ਕੰਮ ਨਹੀਂ ਹੋਇਆ, ਇੱਕ ਸਰਟੀਫਿਕੇਟ ਬਣਾਉਣਾ ਹੋਇਆ, ਬੁੱਢੇ ਹੋਈ ਜਾਂਦੇ ਲੋਕ, ਤਾਂ ਕੋਸ਼ਿਸ਼ ਕਰਕੇ ਇਸ ਕਿਸਾਨ ਨਿਜ਼ਾਮ ਕੀ ਬਦਲਨੇ ਦੀ, ਬਿਜਲੀ ਦੇ ਬਿੱਲ ਇੰਨਾ ਆਵਾ ਲੈ ਜਿਹੜਾ ਇੱਕ ਲਾਚੂ ਹੋਇਆ ਉਹਦਾ ਵੀ 4000, ਕਦੇ 4 ਏਸੀ ਨੂੰ ਉਹਦਾ ਵੀ 4000, ਇਹ ਗਲਤ ਸਿਸਟਮ, ਇੱਕ ਪੂਰੀ ਪੀੜ੍ਹੀ ਪਿਛਲੇ 11 ਸਾਲਾਂ 'ਚ ਖੱਜਲ ਹੋਈ ਹੈ, ਹੱਥੇ ਚੁਣੇ ਲੇਦਾ, ਇਹ ਗੱਲ ਕਰਾਂ ਕੋਈ ਪਰੇਸ਼ਾਨੀ ਤਾਂ ਨਹੀਂ, ਜਿਵੇਂ ਡਿੱਗੀ ਪਵਾਉਂਦੇ ਹੋ ਤੁਸੀਂ ਪਤਾ ਅੱਗੇ ਬੜਾ ਰੌਲਾ ਪੈਦਾ ਹੋਣੇ, ਦੋ ਚਾਰ ਬੰਦੇ ਦੋ ਚਾਰ ਕਿਰਾਏ ਪਰ ਰੱਖੇ ਬੰਦੇ, ਉਹ ਉਹਨੇ ਆਖਿਆ ਮਹਾਰਾਜ ਇੰਨੀ ਪੀਤੀ ਦੀ ਇੰਨੀ ਪੀਤੀ ਦੀ ਬੜਾ ਥੱਲਾ ਡਿੱਗੀ ਪਿਆ ਹੁਣ, ਖੈਰ ਉਹਨਾਂ ਦੇ ਦੁਖੀ ਬੜੇ ਆਈ ਜਾਂਦੇ, ਅੱਡਾ ਬਣਾ ਕਰੀ ਜਾ ਰਹੇ ਜਦੋਂ ਵੀ ਪੇਪਰ ਕੋਈ ਨਹੀਂ ਆਉਂਦਾ, ਕਈ ਵਾਰੀ ਬੰਦਾ ਖੁਰਕੇ ਹੁੰਦਾ ਪੈਰਾਂ ਹੀ ਲੱਗੀ ਜਾਂਦੀ, ਇਹ ਬੰਦਾ ਕੋਨਾ ਲੱਗੀ ਜਾਂਦਾ ਨਹੀਂ ਪੈਰੇ, ਬੜੀ ਦਰਦ ਹੋ ਗਈ, ਲੇਕਿਨ ਬੰਦਾ ਦੇਖਦਾ ਕੋਈ ਦਿਖਾ ਦਾ ਨਹੀਂ, ਜੇ ਦਿਖਾ ਦਾ ਹੋਇਆ ਨਾ ਬਾਅਦ 'ਚ ਪਰਾਇ ਦੇ ਮੰਗਦਾ, ਅਸੀਂ ਤੁਹਾਡੇ ਸਾਹਮਣੇ ਇੰਨੇ ਕਰਾਂ ਨੇ ਅੱਗੋਂ ਆਇਆ ਗੇਂਦਾ, ਜੋ ਹੁੰਦਾ ਗੀਤਾ ਆਖਦੀ ਹੈ ਜੋ ਹੁੰਦਾ ਅੱਛੇ ਲਈ, ਗੀਤਾ ਪੜ੍ਹੀ ਨਾ।
ਪਾਂਡਵ ਜਿਹੜੇ ਜੰਗਲ ਗਏ ਕੋਈ ਰਾਜਪਾਲ ਮਿਲਣਾ ਉਹ ਮਤੇ ਨਿਕਲੇ ਲੇਕਿਨ ਕੁਛ ਲੋਕ ਸਾਡੇ ਲਈ ਭਗਵਾਨ ਸਿੰਘ ਕ੍ਰਿਸ਼ਨ ਦਾ ਰੋਲ ਅਦਾ ਕਰਾ ਦਿਓ ਅਸੀਂ ਵੀ ਇੱਕ ਕਿਸਮ ਦਾ ਸਿਆਸੀ ਬਨਵਾਸ ਬਨਵਾਸ ਵਰਤੋਂ ਜਾ ਤੁਸੀਂ ਵਰਤ ਕਰ ਸਕਦੇ ਲੋਕ ਆਖੇ ਕਿ ਬਾਰ ਬਾਰ ਨਾਂ ਨਹੀਂ ਲੈਣਾ ਬਾਰ ਬਾਰ ਨਾਂ ਨਹੀਂ ਲੈਣਾ ਕਿਉਂ ਲੈਣਾ ਨਾਮ ਤੁਸੀਂ ਹੋ ਗਏ ਲੀਡਰ ਮੇਰੇ ਕੋਲ ਲੀਡਰ ਥੋੜ੍ਹੀ ਜਿਹੀ ਸੇਵਾ ਕਰ ਦਿੱਤਾ ਮੈਂ ਨੌਕਰ ਹਾਂ ਮੈਂ ਖਾਦਮ ਬਣੀ ਥੋੜ੍ਹੀ ਸੇਵਾ ਕਰਨੀ ਤੁਸੀਂ ਸਾਡੇ ਪਿਓ ਵੀ ਸਾਥ ਉਹ ਬੰਦਾ ਤੁਸੀਂ ਅਸੇ ਲੀਡਰ ਬਣਾਇਆ ਉਹਦੇ ਐਸੇ ਲੋਕ ਜਿਹੜੇ ਕੰਨੇ ਚਲਾ ਦੇ ਉਹਦੇ ਕੋਲ ਵਿਗੜਿਆ ਨਾਲ ਮੇਰੇ ਭਰਾ ਜੀ ਪਰਸੋਂ ਉਹਦਾ ਫੋਨ ਕਿਹਾ ਉਹਨੇ ਕਿ ਸੱਚੇ ਬੂਟੇ ਰੱਖਣ ਉਹ ਲੱਗੇ ਆਖਣ ਵਿੱਚ ਤਾਰਾ ਚੱਲਦਾ ਗੁਰੂ ਨੇ ਰੋਕ ਕੀਤਾ ਫਿਰ ਤੂੰ ਕੋਣ ਨੈਰੋ ਕਰਨੀ ਆ ਤੇਰੀ ਮਦਦ ਲਾਲ ਲਾ ਨੌਕਰੀ ਲਾਈ ਰੋਜੀ ਲਾਈ ਤੇ ਤੂੰ ਸਾਡੀ ਲਾਈ ਨਾ ਕਿਉਂ ਨੀ ਦੇਚਾ ਮਦਦ ਨਾਲ ਬੋਲੋ ਕਿਹਨੇ ਸਿਆਣੀ ਅਗਰ ਮਦਦ ਨਾਲ ਸ਼ਰਮਾ ਨੇ ਤੁਸੀਂ ਆਂਗੇ ਵਿੱਚ ਆਪਣੀ ਸੀਟ ਆਪਣੀ ਲਾਈ ਜੀ ਭਾਈ ਜੀ ਨੇ ਕਿਹਾ ਕਿ ਚੰਗੀ ਜਗ੍ਹਾ ਤੇ ਕੀਤੀ ਦੀ ਹੈ ਬੰਬ ਕੀਤੀ ਮੇਰਾ ਬੰਬ ਤਾਂ ਅਸੀਂ ਪਾਉਂਦੇ ਨੇ ਮੈਂ ਜਦੋਂ ਤੁਸੀਂ ਬਣਾ ਲਿਆ ਅਸਮੀਰ ਜੀ ਰਾਮ ਦਾ ਗਲਾ ਵੱਢਿਆ ਤੇ ਤੇਤੂ ਹੀ ਦਿੱਤੀ ਹੁਣ ਉਹ ਆਖਦਾ ਨਹੀਂ 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 ਜਵਾਹਰ ਲਾਲ ਨਹਿਰੂ ਮੇਰੇ ਕੋਲ ਆਏ ਮੈਂ ਆਖਿਆ ਮਹਾਰਾਜ ਤੁਸੀਂ ਮਤੇ ਪਦੇ ਲਿਖਿਓ ਤੁਸੀਂ ਮਤੇ ਕਾਬਲ ਹੋ ਤੁਹਾਡੇ ਬਗੈਰ ਨਹੀਂ ਭਾਈ ਤੇ ਕੋਟ ਬਣਾ ਦੇ ਤਾਂ ਮਦਨ ਲਾਲ ਨੇ ਮੇਰੀ ਮੁਖਾਲਫਤ ਕੀਤੀ ਤੇ ਜਵਾਹਰ ਲਾਲ ਨਹਿਰੂ ਨੇ ਵੀ ਇਜੈਕਟ ਦਿੱਤੀ ਉਹ ਕਿਉਂਕਿ ਐਸੇ ਮੂਰਖ ਨੇ ਬਹੁਤ ਰਾਜ ਜਿਹਾ ਆਖਣਾ ਬਿਲਕੁਲ ਬਿਲਕੁਲ ਠੀਕ ਬੋਲਾ ਠੀਕ ਬੋਲਾ ਠੀਕ ਐਸੇ ਮੂਰਖਿਆਂ ਕੋਲੋਂ ਬਚਿਓ ਜਿਹਨੇ ਕਿਰਾਇਆ ਲੱਭਦਾ ਪੈਸੇ ਲੱਭਦੇ ਨੇ ਬਕਵਾਸ ਕਰਨ ਲਈ ਮੈਂ ਉਹਦਾ ਨਾਂ ਨਹੀਂ ਲੈਣਾ ਚਾਹੀਦਾ ਉਹਦੀ ਮਸ਼ਹੂਰੀ ਹੁੰਦੀ ਉਹਦਾ ਕੋਈ ਲੈਵਲ ਨਹੀਂ ਉਸ ਬੰਦੇ ਬਿਲਕੁਲ ਵੀ ਐਸੇ ਬੰਦੇ ਮੈਂ ਗੇਟਾਂ ਅੰਦਰ ਨਹੀਂ ਪਾਉਂਦੇ ਜਿਹਨੇ ਠੱਗੀ ਕਰਨੀ ਹੈ ਪੈਸੇ ਲੈਣੇ ਨੇ ਕਮਿਸ਼ਨਾਂ ਲੈਣੀਆਂ ਲੋਕ ਲੀਡਰ ਥੋੜ੍ਹੀ ਲੀਡਰ ਐਸਾ ਹੋਣਾ ਚਾਹੀਦਾ ਜਿਹੜਾ ਦਮਨ ਸਾਫ਼ ਹੋਵੇ ਚਾਹੇ ਉਹ ਪੈਂਚ ਹੈ ਚਾਹੇ ਸਰਪੰਚ ਉਹਦਾ ਦਮਨ ਸਾਫ਼ ਚਾਹੀਦਾ ਹੈ ਜਿਹਦੇ ਹੱਥੇ ਸਾਡੀ ਧੀਏ ਭੈਣੇ ਦੀ ਇੱਜ਼ਤ ਮਹਿਫੂਜ਼ ਹੋਇਆ ਅਸ ਬੱਚੇ ਦਾ ਫਿਊਚਰ ਮਹਿਫੂਜ਼ ਹੋਇਆ ਛੋਟੇ ਛੋਟੇ ਬੱਚੇ ਉਹ ਦੇਖੋ ਆ ਪੁੱਤਰ ਉਹ ਮੇਰੀਆਂ ਧੀਆਂ ਹੱਥੇ ਫੋਟੋ ਲਾਇਆ ਇਹ ਮੇਰੇ ਪਰ ਇੱਕ ਕਰਜ਼ਾ ਚੜ੍ਹਦਾ ਕਿ ਸਤੀਸ਼ ਸ਼ਰਮਾ ਜੋਲੇ ਤੋੜੀ ਇਹ ਪੜ੍ਹੀ ਨਹੀਂ ਜਾਣ ਹੋਈ ਨਹੀਂ ਜਾਣ ਵੱਡੇ ਅਫਸਰ ਨਹੀਂ ਬਣੀ ਜਾਣ ਤਾਂ ਮੈਂ ਖਲਾਸੀ ਥੋੜ੍ਹੀ ਛੋੜੀ ਇਹ ਮੇਰੀ ਜ਼ਿੰਮੇਵਾਰੀ ਆ ਹਰ ਨੌਜਵਾਨ ਸਾਥੀ ਜਿਹੜਾ ਆਪਣਾ ਘਰ ਬਾਰ ਛੋੜੀਏ ਮੇਰੇ ਕਾਫਲੇ 'ਚ ਸ਼ਾਮਿਲ ਹੈ ਉਹੇ ਮੇਰਾ ਪਰਿਵਾਰ ਹੈ ਉਹੇ ਮੇਰੀ ਪਾਰਟੀ ਹੈ ਉਹੇ ਸਭ ਕੁਛ ਕੋਸ਼ਿਸ਼ ਕਰਕੇ ਆਉਣ ਵਾਲੇ 10-20 ਸਾਲ ਅਗਰ ਉਸ ਪਰਮਾਤਮਾ ਇਸ ਲਈ ਮੇਰੀਆਂ ਮਾਤਾ ਭੈਣਾਂ ਬੈਠੇ ਦੀਆਂ ਮਾਤਾ ਰਾਣੀ ਦਾ ਨਾਂ ਲਈਏ ਜਿਹੜੇ ਭਗਵਾਨ ਸ਼੍ਰੀ ਕ੍ਰਿਸ਼ਨ ਹੈ ਨਾ ਉਹਨੇ ਬੜੇ ਕਸ਼ਟ ਕੀਤੇ ਕਿੰਨੇ ਭੈਣ ਭਰਾ 6-7 ਉਹਦੇ ਜਨਮ ਕੋਲੋਂ ਪਹਿਲਾਂ ਮਾਮੇ ਕੰਸ ਨੇ ਉਹਦੀ ਜਾਨ ਲਈ 23 ਸਾਲ ਧੋੜੀ ਆਪਣੀ ਜ਼ਿੰਦਗੀ ਦੇ ਉਹ ਕੁੱਥਾ ਰਹੇ ਇੱਕ ਜਗ੍ਹਾ ਰਹੇ ਫਿਰ 24 ਦਾ ਲਈਏ 83 ਸਾਲ ਧੋੜੀ ਭਗਵਾਨ ਸ਼੍ਰੀ ਕ੍ਰਿਸ਼ਨ ਕੁੱਥਾ ਰਹੇ ਦੁਆਰਿਕਾ ਮੈਂ ਆਪੋ ਭੁੱਲੀ ਜਾਣਾ ਕਈ ਵਾਰੀ ਆਖਦੇ 84 ਸਾਲ ਦਾ ਲਈਏ 125 ਸਾਲ ਧੋੜੀ ਸ਼੍ਰੀ ਕ੍ਰਿਸ਼ਨ ਭਗਵਾਨ ਗੀਤਾ ਦਾ ਗੀਤਾ ਸੁਣਾਈ ਤੁਸੀਂ ਆਖਦੇ ਰਣ ਭੂਮੀ ਦੇ ਵਿੱਚ 18 ਦਿਨ ਦਾ ਯੁੱਧ ਹੈ ਕਰੋੜਾਂ ਲੋਕ ਮਰੇ ਔਰ 18 ਕੇ ਗੀਤਾਂ ਦੇ ਠੀਕ ਹੈ ਨਾ ਬਾਬਾ ਬਣਨ ਜਾ ਰਿਹਾ ਮੈਂ ਲੀਡੀ ਜਿਹੜੀ ਗੱਲਾਂ ਸੁਣਾਉਂਦਾ ਜਿੱਥੇ ਭੰਡੀ ਭੰਡੀ ਹੋਈ ਖੈਰ ਫਿਲਹਾਲ ਤਾਰਾ ਚੰਦ ਪਰ ਆਈ ਹਾਂ ਜੇ ਤੁਸੀਂ ਕ੍ਰਿਸ਼ਨ ਨਹੀਂ ਸ਼ਹਿਰ
ਦੁਰਯੋਧਨ ਜਿਹੜਾ ਦੁਰਯੋਧਨ ਹਾਂ ਦੁਰਯੋਧਨ ਉਹ ਚਾਹੁੰਦਾ ਤਾਂ ਮਹਾਂਭਾਰਤ ਰੁਕੀ ਸਕਦੀ, ਲੇਕਿਨ ਨੇਪੀ ਤੇ ਸ਼ੋਰ ਮਨਜ਼ੂਰਾ ਲਵਾ ਦੇ ਇਆਂ ਕਿਉਂ? ਰਾਵਣ ਕੀ ਪਤਾ ਹਮੇ ਭਗਵਾਨ ਸ਼੍ਰੀ ਕ੍ਰਿਸ਼ਨ ਦੇ ਹੱਥੇ ਮਰਨਾ ਹਾਂ, ਮੇਰਾ ਕੀ ਹੋਣਾ, ਸਹਾਰ ਹੋਣਾ ਹੈ ਜਾਂ ਜੋ ਵੀ ਹੈ। ਦੁਰਯੋਧਨ ਮੂਰਖਾ ਉਸੀ ਨਾ ਰਾਜਪਾਠ ਸਭ ਕੁਛ ਪਾਂਡਵ ਥੋੜ੍ਹੇ ਇੱਕ ਗ੍ਰਾਮ ਮੰਗਦੇ ਨਾ। ਤਾਂ ਮੈਂ ਦਿਨਕਰ ਦੀ ਪੰਕਤੀ ਸੁਣਾਉਂਦਾ, ਜਬ ਨਾਸ ਮਨੁੱਖ ਪੇ ਛਾਤਾ ਹੈ ਪਹਿਲੇ ਵਿਵੇਕ ਮਰ ਜਾਤਾ। ਇਹ ਭਗਵਾਨ ਸ਼੍ਰੀ ਕ੍ਰਿਸ਼ਨ ਤੋਂ, ਸ਼੍ਰੀ ਕ੍ਰਿਸ਼ਨ ਹੈ ਲੇਕਿਨ ਉਹਨੇ ਸੁਣੀ ਨੀ ਤੁਹਾਡੀ, ਬੜੇ ਮਨਾਇਆ ਜਰਾ ਜਾ ਖਨੂਰ ਜਾਈਏ ਲੜ ਆਖਿਆ ਨਾ ਤੁਹਾਡੇ ਦਾ ਵੀ ਬੜੇ ਲੋਕ, ਉਹ ਆਖਾ ਨਹੀਂ ਇਹਦੇ ਪੈਰੇ ਨੀ ਲੱਗਣ ਦੇ, ਲੜਨੀ ਤਾਂ ਇੱਥੋਂ ਲੜੀਏ। ਹੁਣ ਮੈਂ ਤੁਸੀਂ ਸੱਚ ਸੁਣਾ, ਅਤੀ ਸ਼ੋਕਤੀ ਹੋਣੀ ਅਹੰਕਾਰ ਨਹੀਂ ਆਖਿਓ, ਮੇਰੀ ਈਗੋ ਹੈ। ਏਜੰਸੀ ਦੀ ਰਿਪੋਰਟ ਹੈ, ਅੱਜ ਪਹਿਲਾ ਨੰਬਰ, ਦੂਆ ਨੰਬਰ, ਤੀਜਾ ਨੰਬਰ ਅਤੇ ਚੌਥੇ ਨੰਬਰ ਦੀ ਰੇਸ ਵਿੱਚ ਹੈ, ਉਹ ਪਹਿਲੇ ਦੂਏ ਨੰਬਰ 'ਚ ਨਹੀਂ ਹੈ। ਉਹਦਾ ਉਹ ਮੁੰਡਾ ਪਲਾਇਆ ਲਿਆ ਸੋਨੂੰ ਸਾਡਾ ਭਰਾ ਗਿਆ ਲੱਗਦਾ, ਅੱਛਾ ਮੁੰਡਾ, ਉਹ ਨਹੀਂ ਆਈ ਹੈ ਤੀਜਾ ਨੰਬਰ, ਕੀ ਖੱਟਿਆ ਵੀ ਦੱਸੋ, ਆਪਣੀ ਰਿਟਾਇਰਮੈਂਟ ਕਰਾਉਣੀ, ਸਮਾਜ ਦਾ ਬਟਵਾਰਾ ਕਰਨਾ, ਜਾਤ ਬਰਾਦਰੀ 'ਚ ਲੋਕਾਂ ਟੀਕੇ ਲਾ ਦਿਓ, ਗਲਤ ਕੀਤਾ ਤੁਸੀਂ, ਸਾਰੀ ਜਾਤਾਂ ਬਰਾਦਰੀਆਂ ਬਰਾਬਰ, ਮੀ ਸਾਰਿਆਂ ਦਾ ਆਸ਼ੀਰਵਾਦ, ਔਰ ਗਿਗੜਿਆਲ 'ਚ ਮੀ 70% ਕੋਲ ਵੱਧ ਵੋਟ ਲੱਗਣਾ। ਸੰਜੇ ਰਾਧੇ ਮੇਰੇ ਕੋਲ ਚੋਰੀ ਫੋਨ ਕਰਦੇ ਲੋਕ ਆਖਦੇ, ਇਸ ਲਈ ਮਦਨ ਲਾਲ ਸ਼ਰਮਾ ਸਾਹਿਬ ਦੇ ਕੰਮ, ਸਾਡੇ ਕੰਮ, ਸਾਡੀ ਪਾਰਟੀ ਆਜ਼ਾਦ ਪਾਰਟੀ, ਅਸੀਂ ਆਜ਼ਾਦ, ਠੀਕ ਹੈ, ਜਿੱਥੇ ਤੁਸੀਂ ਆ ਕੇ ਹੋ ਉੱਥੇ ਅਸੀਂ ਜਾਣਾ, ਜਿਹੜੀ ਸਰਕਾਰ ਸਾਡੀਆਂ ਸ਼ਰਤਾਂ ਪੂਰੀਆਂ ਕਰੇ, ਜਿਹੜੀ ਸਰਕਾਰ ਸਾਡੀ ਜ਼ਮੀਨ ਜਿਹੜੀ ਖੋਤੀ ਜਾਂਦੀ ਹੈ ਉਹ ਭਾਲ ਕਰੋ, ਜਿਹੜੀ ਸਰਕਾਰ ਸਾਡੇ ਬੱਚੇ ਦੀ ਨੌਕਰੀਆਂ ਲਾ, ਸਾਡਾ ASCII ਦਾ ਮੁੱਦਾ ਹੈ, ਸਾਡਾ RBI ਵਾਪਸ ਲਿਆ ਕਰਦੇ, ਸਾਡੇ ਜੰਗਲੇ 'ਚ ਬਾਹਰ ਵਾਲੇ ਨੁਕਸਾਨ ਕਰਾ ਦੇ, ਉਹਦਾ ਹਾਲ ਸਰਕਾਰ ਕੋਲ ਨਹੀਂ ਹੈ, ਮੇਰੇ ਕੋਲ ਹੈ ਉਹਦਾ ਹਾਲ, ਉਹ ਮੈਂ ਜਿੱਤਣੇ ਤੋਂ ਬਾਅਦ ਤੁਸੀਂ ਦੱਸੋ। ਇਸ ਲਈ ਮੈਂ ਥੱਕੇ ਦਾ ਵੀ ਆਮ ਮਹੀਨਾ ਹੋਈ ਹੈ ਸੁੱਤੇ ਨੂੰ, ਕੱਲ੍ਹ ਸਵੇਰਾ ਬੰਦਾ ਆਖਾ ਮਹਾਰਾਜ ਚੰਗੇ ਬੰਦੇ ਹੋ, 5 ਵਜੇ ਆਇਆ ਤੁਹਾਡੇ ਕੋਲ ਸੁੱਤੇ ਨਹੀਂ, ਮੈਂ ਯਾਰ ਜਾਗੇ ਦੇ ਨਹੀਂ ਆਓ, ਮੈਂ ਯਾਰ ਮੈਂ ਸੁੱਤਾ ਵੀ ਨਹੀਂ ਆ, ਜਾਗਣੀਆਂ ਨੇ ਗੱਲ ਕੇ ਕਰਾਂ, ਇਹ ਟਿਕਟ ਕਟੋਈ ਦੀ ਹੈ, ਗਲਾ ਬਡੋਏ ਦਾ ਆ, ਹੱਥ ਵੱਢੀ ਲੈ ਦੇ, ਰੋਡ ਰੂਲਰ ਲੱਭੀ ਹੈ, ਇਹ ਪ੍ਰੀਖਿਆ ਲੈ ਲੈਣਾ ਭਗਵਾਨ ਸਾਹਿਬ, ਕੋਈ ਪਤਾ ਨਹੀਂ ਹੁੰਦਾ ਸਮੇਂ ਜੋ ਲਾ ਦੇ, ਰੱਬ ਜਬ ਦਿੱਤਾ ਚੱਪੜ ਫਾੜ ਕੇ ਦਿੱਤਾ, ਕੀ ਪਤਾ ਮਧੂ ਕੋੜੇ ਯਾਰ ਬੰਦੇ ਦੀ ਕਮੀ ਹੋ, ਆਖਿਆ ਇੱਕ ਸੀਟਾਂ ਵਾਲੇ ਕੇ ਚੀਫ ਮਿਨਿਸਟਰ ਬਣਾਏ ਤਾਂ ਕੋਈ ਪਤਾ ਥੋੜ੍ਹੀ ਹੁੰਦਾ, ਇਹ ਤਾਂ ਸਮੀਕਰਨ ਆਪਣਾ ਸੰਯੋਗ ਹੈ, ਰਾਜਯੋਗ ਹੈ, ਯਾਰ ਅਸੀਂ ਮੰਡੇ ਨਹੀਂ, ਉਹਦਾ ਪੰਤ ਲੱਭਾ ਅਗਲੇ ਦਿਨ, ਜਿਹੜੇ ਪਤਾ ਨਹੀਂ ਕੋੜੇ ਹਵਨ ਕਰਦਾ ਮਿੱਠੇ ਹਵਨ ਕਰਦਾ, ਮੇਰਾ ਜੁੱਟ ਵੀ ਹੈ, ਮੈਂ ਕੁਦਰ ਨਹੀਂ ਆਖਾ ਉੱਪਰ ਕਿਸੇ ਦਾ ਰੂਪ ਨਗਰ, ਮੈਂ ਕੀ ਕਰਾਂ, ਆਖਾ ਤੁਸੀਂ ਸਮਝ ਨਹੀਂ ਆਉਣੀ ਚੀਜ਼ਾਂ ਫਲਾਣਾ ਫਲਾਣਾ, ਮੈਂ ਮੇਰਾ ਸ਼ਨੀ ਕੱਖ ਨਹੀਂ ਵਿਗਾੜੀ ਸਕਦਾ, ਮੈਂ ਤੁਸੀਂ ਦੇਣਾ ਕੱਖ ਨਹੀਂ ਦੁਆਨੀ ਨਹੀਂ ਦੇਣੀ, ਮੈਂ ਹੈ ਨਾ ਆਖਾ, ਮੈਂ ਇੱਕ ਗੱਲ ਦੱਸਾਂ, ਮੈਂ ਆਖੀ ਲਿਓ ਅਸੀਂ ਮੁੱਕੀ ਜਾਂਦਾ ਤੇਰਾ, ਰਾਜਯੋਗ ਮੁੱਕੀ ਜਾਂਦਾ, ਤਾਂ ਸਤੀਜ ਦਾ ਹੈਗਾ 2042 ਤੋੜੀ ਆ, ਮੈਂ ਇੰਨਾ ਲੰਮਾ ਨਹੀਂ ਚਾਹੀਦਾ, ਅਸੀਂ ਰਾਜਯੋਗ ਨਹੀਂ ਚਾਹੀਦਾ, ਅਸੀਂ ਸੇਵਾ ਯੋਗ ਚਾਹੀਦਾ, ਸੇਵਾ ਕਰਨੀ, ਤੁਹਾਡਾ ਨੌਕਰ ਬਣੀਆਂ, ਖਾਦਮ ਬਣੀਆਂ, ਸਭ ਕੁਛ ਤੁਹਾਡਾ ਦਿੱਤੇ ਮਦਨ ਲਾਲ, ਇਸ ਲਈ ਤੁਸੀਂ ਪਹਿਲੀ ਰੋਡ ਰੋਲਰ ਉੱਪਰ 5 ਦਿਨ ਬਚੇ, ਅੱਜ ਕਿੰਨੀ ਵੀ 5 5 ਦਿਨੇ ਤੁਸੀਂ ਮੇਰੇ ਲਈ ਦਿਨ ਰਾਤ ਆਪਣਾ ਮੋਬਾਈਲ ਚੁੱਕਣਾ, ਇਹਦਾ ਲਈ ਜ਼ੈਡ ਤੁਹਾਡੀ ਆਖਣਾ ਸਤੀਸ਼ ਸਾਡਾ ਭਰਾ ਹੈ, ਉਹ ਸਾਡੇ 'ਚ ਇੱਕ ਹੈ, ਸਾਡਾ ਆਪਣਿਆ ਹੈ, ਸਾਡਾ ਪ੍ਰਤੀ ਹੈ, ਉਹ ਚੰਗਾ ਮੁੰਡਾ, ਇੰਨਾ ਮਾੜਾ ਨਹੀਂ, ਤਾਰੇ ਚੰਦਰ ਕੋਲ ਬਾਲ ਮੇਰੇ ਸਿਰ ਵੱਧ ਗਏ ਨਾ, ਝੜੀਆਂ ਨੇ ਹਾਰ ਪਾਈ ਪਈ,
ਅਸਲ ਨੀ ਇੰਨਾ ਅੰਦਰੋਂ ਮੈਂ ਕੋਈ ਬੜਾ ਖੁਸ਼ ਨਹੀਂ ਹਾਂ, ਲੇਕਿਨ ਮੈਂ ਫੌਜੀ ਦਾ ਪੁੱਤਰ ਹਾਂ, ਹਾਰ ਨਹੀਂ ਮੈਂ ਮੰਨ ਨਹੀਂ, ਰੱਬ ਨਹੀਂ ਮਾਰਾ ਇਹਦਾ ਹੱਥ ਨਹੀਂ ਮੈਂ। ਦੂਜਾ ਬੀਜੇਪੀ ਵਾਲਾ ਸਾਥੀ ਸਾਡਾ ਦੋਸਤ ਉਹਨੇ ਵੀ ਆ, ਉਹਨੇ ਆਖਣਾ ਹਿੰਦੂ ਖਤਰੇ ਮੈਂ, ਤੁਸੀਂ ਆਖਣਾ ਬਿਲਕੁਲ ਖਤਰੇ ਮੈਂ, ਲੇਕਿਨ ਵੋਟ ਨਹੀਂ ਦੇਣੇ, ਨਹੀਂ ਦੇਣੇ ਵੋਟ, ਠੀਕ ਹੈ। ਉਹਦੇ ਕੋਲ ਬੜਾ ਮਿਸਾਲ ਹੈ, ਆਖਾਂ ਹਿੰਦੂ ਬੜੇ ਖਤਰੇ 'ਚ, ਨਾ ਰੋਟੀ ਲੱਭਾ ਦੀ, ਨਾ ਨੌਕਰੀ ਲੱਭਾ ਦੀ, ਨਾ ਬਿਜਲੀ ਦਾ ਬਿੱਲ ਦੇਣ ਵਾਲਾ, ਨਾ ਭਰਤੀਆਂ ਫੌਜ ਮੁੱਕੀ ਇਹਦੀ, ਠੀਕ ਹੈ ਨਾ। ਮੇਰੀ ਕੋਈ ਗੱਲ ਗਲਤ ਨਹੀਂ ਹੁੰਦੀ, ਮੈਂ ਝੂਠ ਨਹੀਂ ਬੋਲਦਾ, ਜੋ ਵੀ ਲੱਗਦਾ ਮੈਂ ਦਿਲੋਂ ਬੋਲਦਾ। ਸਾਰੇ ਹਿਸਾਬ ਲੈਣੇ, ਸਾਡੇ ਬੱਚੇ ਖੱਜਲ ਹੋ ਜਾਂਦੇ, ਅਸੀਂ ਸਾਰੇ ਮੈਂਟਲ ਹੈਲਥ ਖਰਾਬ ਹੋਈ ਹੈ, ਮੋਬਾਈਲ ਪਰ ਰਹਿੰਦੇ, ਫਿਰ ਚਿੜਚਿੜੇ ਖਾਣੇ ਪਾਉਂਦੇ ਨੇ ਬੱਚੇ, ਪਾਉਂਦੇ ਨਹੀਂ ਪਾਉਂਦੇ ਮੇਰੀਆਂ ਮਾਵਾਂ ਭੈਣ ਬੱਚੇ, ਉਹਨੇ ਕਿਵੇਂ ਖੁਸ਼ ਕਰੋ ਖੁਸ਼ਹਾਲ ਬਣਾ ਇਹ ਨਿੱਕੇ ਨਿੱਕੇ ਬੱਚੇ ਦੇ ਮੋਬਾਈਲ ਮੇਖ ਹੀ ਲੈਣ, ਇਹਨੇ ਗਰਾਊਂਡ ਵਿੱਚ, ਇਹਨੇ ਕੋਚਿੰਗ ਸੈਂਟਰ ਵਿੱਚ, ਇਹਨੇ ਪਲੇ ਗਰਾਊਂਡ ਵਿੱਚ ਮੈਂ ਲਿਆ ਜਾਣਾ, ਔਰ ਇਹਦੀ ਕਿਸਮਤ ਜ਼ਰੂਰ ਬਦਲੂ, ਇਹਦਾ ਮੁਸਤਕਬਿਲ ਬਣੇਗਾ, ਔਰ ਮੇਰਾ ਥੋੜ੍ਹਾ ਬਹੁਤ ਯੋਗਦਾਨ ਹੋ, ਬਾਕੀ ਆਪਣੇ ਮੁਕਾਬਲੇ।